ਸਤ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਅਜੀਤ ਵੈਬ ਟੀਵੀ ਅਜੀਤ ਖਬਰਾਂ ਦੇ ਅੱਜ ਦੇ ਬੁਲੇਟਨ ਦੇ ਵਿੱਚ ਮੈਂ ਕਮਲਪ੍ਰੀਤ ਸਿੰਘ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਤੇ ਰੋਜ਼ਾਨਾ ਦੀ ਤਰ੍ਹਾਂ ਆਓ ਪਹਿਲਾਂ ਇੱਕ ਚਾਤ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਵਿਪਨ रावत ਨੇ ਕਿਆ ਪੱਥਰਬਾਜ਼ੀ ਤੇ ਬੰਬਾਰੀ ਵਿਚਕਾਰ ਜਵਾਨਾਂ ਨੂੰ ਮਰਨ ਲਈ ਨਹੀਂ ਕਹਿ ਸਕਦੇ ਸੀਬੀਐਸਸੀ 12ਵੀਂ ਦੇ ਨਤੀਜਿਆਂ ਚ ਨੌਇਡਾ ਦੀ ਰਕਸ਼ਾ 99.6% ਦੀ ਅੰਕ ਹਾਸਲ ਕਰਕੇ ਦੇਸ਼ ਭਰ ਚੋਂ ਆਈ ਅਵਲ ਅੱਖਾਂ ਦੀ ਰੋਸ਼ਨੀ ਨਾ ਹੁੰਦੇ ਹੋਏ ਜਲੰਧਰ ਦੀ ਗੁਰਲੀਨ ਕੌਰ ਨੇ CBSE ਦੇ 12ਵੇਂ ਦੇ ਨਤੀਜਿਆਂ 'ਚੋਂ ਪ੍ਰਾਪਤ ਕੀਤੇ 88% ਦੇ ਅੰਕ ਰਜਬਾਹ ਦਾ ਜਾਇਜ਼ਾ ਲੈਂਨ ਬਠਿੰਡਾ ਪੁਜੇ ਮਨਪ੍ਰੀਤ ਸਿੰਘ ਬਾਦਲ ਪੀੜਤਾਂ ਲਈ ਕੀਤਾ ਮੁਆਵਜ਼ੇ ਦਾ ਐਲਾਨ ਅਤੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਾਰਪੋਰੇਸ਼ਨਾਂ ਦਾ ਹੋਵੇਗਾ ਆਡਿਟ ਪਿਤੇ 10 ਸਾਲਾਂ ਦਰਮਿਆਨ ਨਹੀਂ ਹੋਇਆ ਆਡਿਟ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਫੌਜ ਮੁਖੀ ਜਰਨਲ ਵਿਪਨ ਰਾਵਤ ਨੇ ਮੇਜਰ ਗਗੋਈ ਵੱਲੋਂ ਕਸ਼ਮੀਰੀ ਨੌਜਵਾਨ ਦਾ ਇਸਤੇਮਾਲ ਮਨੁੱਖੀ ਢਾਲ ਵਜੋਂ ਕੀਤੇ ਜਾਣ ਤੇ ਬਚਾ ਕਰਦੇ ਹੋਏ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਭਾਰਤੀ ਫੌਜ ਕਿਹੋ ਜਿਹੀ ਜੰਗ ਦਾ ਸਾਹਮਣਾ ਕਰ ਰਹੀ ਹੈ ਅਤੇ ਜਿਸ ਵਿੱਚ ਨਵੇਂ ਤਰੀਕੇ ਨਾਲ ਲਿਪਟਣ ਦੀ ਲੋੜ ਹੈ। ਰਾਵਤ ਨੇ ਕਿਹਾ ਕਿ ਲੇਤੁਲ ਗਗੋਈ ਨੂੰ ਸਨਮਾਨਿਤ ਕੀਤੇ ਜਾਣ ਦਾ ਮੁੱਖ ਉਦੇਸ਼ ਫੌਜ ਦੇ ਉਹਨਾਂ ਨੌਜਵਾਨ ਅਧਿਕਾਰੀਆਂ ਦਾ ਹੌਸਲਾ ਵਧਾਉਣਾ ਜੋ ਘਾਟੀ ਵਿੱਚ ਬੇहद ਮੁਸ਼ਕਿਲ ਹਾਲਾਤਾਂ ਦਾ ਸਾਹਮਣਾ ਕਰ ਰਹੇ ਨੇ। ਫੌਜ ਮੁਖੀ ਨੇ ਵਖਵਾਦੀਆਂ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਉਹ ਪਥਰਾ ਦੀ ਬਜਾਏ ਹਥਿਆਰ ਚਲਾਉਣ ਉਧਰ ਮਾਮਲੇ ਸਬੰਧੀ ਰਿਤੁਲ ਗਗੋਈ ਖਿਲਾਫ ਕੋਰਟ ਆਫ ਇਨਕੁਆਇਰੀ ਜਾਰੀ ਹੈ ਸੀਬੀਐਸਸੀ ਵੱਲੋਂ 12ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ ਨੌਇਡਾ ਅਮੈਟੀ ਇੰਟਰਨੈਸ਼ਨਲ ਦੀ ਵਿਦਿਆਰਥਣ ਰਕਸ਼ਾ ਗੋਪਾਲ ਨੇ 99.6 ਫੀਸਦੀ ਅੰਕਾਂ ਨਾਲ ਦੇਸ਼ ਭਰ ਵਿੱਚੋਂ ਪਹਿਲੇ ਸਥਾਨ ਤੇ ਰਹੀ ਹੈ Firstly, my my, uh, my aim was not getting the top grade. It was to do well. So my strategy was uh, focus on all my sub to do for, like focus on all my subjects and uh, like do uh, solve as many papers as possible. And my school helped a lot. The chairperson, uh, Mrs. Amrita Chauhan, and uh, the principal, Mrs. Jainu Singh, along with all the teachers, they planned out strategies. They gave us papers, and we gave a lot of tests. And they helped me. Cle they helped me by clearing all my doubts whenever uh, they were available. So it was no special strategy as such. They're very happy <laughs> and. Uh, I mean, I really—they're very happy there because ultimately they expected good results. But when you become the media, top, it's kind of like a different thing. So it's new for them as well. So yeah, so I think we're all trying to get, uh, just get used to the fact that I am—I just talk. About. ਦੂਜੇ ਸਥਾਨ ਤੇ ਚੰਡੀਗੜ੍ਹ ਦੀ ਭੂਮੀ ਸਾਵੰਤ ਨੇ 99.4 ਫੀਸਦੀ ਅੰਕ ਹਾਸਲ ਕੀਤੇ ਹਨ ਜਦ ਕਿ ਤੀਜੇ ਸਥਾਨ ਤੇ ਚੰਡੀਗੜ੍ਹ ਦੇ ਹੀ ਵਿਦਿਆਰਥੀ ਅਦਿੱਤ્ય ਜੈਨ ਨੇ 99.2 ਫੀਸਦੀ ਅੰਕ ਹਾਸਲ ਕੀਤੇ ਹਨ ਨਤੀਜਿਆਂ ਵਿੱਚ ਚੰਡੀਗੜ੍ਹ ਦੀ ਹੀ ਮੰਨਤ ਲੂਥਰਾ ਨੇ ਵੀ 99.2 ਫੀਸਦੀ ਅੰਕਾਂ ਦੇ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ ਸਰ ਮੈਂ ਬਹੁਤ ਖੁਸ਼ ਹਾਂ ਮੈਂ ਤਾਂ ਖੁਸ਼ੀ ਘਟਿ ਕਾਣਾ ਨਹੀਂ ਹੈ ਔਰ ਐਸਾ ਲੱਗ ਰਿਹਾ ਹੈ ਕਿ ਅੱਜ ਕੁਝ ਅਚੀਵ ਕੀਤਾ ਹੈ ਲਾਈਫ ਮੈਂ सर अच्छा बोर्ड का रिजल्ट आने की उम्मीद जरूर थी पर ये कभी नहीं सोचा था कि यहाँ तक पहुँच चुकी यहाँ आने का एक सपना था आज वो पूरा हुआ तो अलग लग रहा है बहुत खुशी हो रही है सर अभी तो एम है कि इकोनॉमिक ऑनर्स परस्यू करो सेंट स्टीफन्स कॉलेज डेली में सर बा, बाकी उसके बाद सिविल सर्विसेज परस्यू करो आई ए के लिए ट्राई करो की होया जो मेरी अखों की रोशनी नहीं पर ज्ञान का प्रकाश मैनू राह विखा देगा ਸ਼ਾਇਦ ਇਹੀ ਚਾ ਜਲੰਧਰ ਦੀ ਗੁਰਲੀਨ ਕੌਰ ਦੇ ਵਿੱਚ ਸੀ ਗੁਰਲੀਨ ਕੌਰ ਨੇ ਸੀਬੀਐਸਸੀ ਦੀ 12ਵੀਂ ਜਮਾਤ ਦੇ ਇਮਤਿਹਾਨਾਂ ਚੋਂ ਅੱਖਾਂ ਦੀ ਰੌਸ਼ਨੀ ਨਾ ਹੁੰਦੇ ਹੋਏ ਆਰਟਸ ਵਿਸ਼ੇ ਦੇ ਵਿੱਚ 88 ਫੀਸਦੀ ਨੰਬਰ ਲਏ ਹਨ ਆ ਸੀਬੀਐਸਸੀ ਦੀ 12ਵੀਂ ਜਮਾਤ ਦਾ ਨਤੀਜਾ ਆਉਣ ਦੇ ਹੀ ਗੁਰਲੀਨ ਦੇ ਘਰ ਖੁਸ਼ੀ ਅਤੇ ਜਸ਼ਨ ਦਾ ਮਾਹੌਲ ਬਣ ਗਿਆ ਗੁਰਲੀਨ ਮੁਤਾਬਕ ਅੱਖਾਂ ਦੀ ਰੌਸ਼ਨੀ ਨਾ ਹੁੰਦੇ ਹੋਏ ਉਸ ਨੂੰ ਆਮ ਬੱਚਿਆਂ ਦੇ ਮੁਕਾਬਲੇ ਜ਼ਿਆਦਾ ਮਿਹਨਤ ਕਰਨੀ ਪਈ ਗੁਰਲੀਨ ਕੌਰ ਲੈਪਟਾਪ ਤੇ ਮੋਬਾਈਲ ਵਿੱਚੋਂ ਸੁਣ ਕੇ ਪੜਾਈ ਕਰਦੀ ਸੀ ਉਸ ਦਾ ਸੁਪਨਾ ਪੀਸੀਐਸ ਅਫਸਰ ਬਣ ਕੇ ਦੇਸ਼ ਦੀ ਸੇਵਾ ਕਰਨ ਦਾ ਹੈ ਬਹੁਤ ਵਧੀਆ ਲੱਗ ਰਿਹਾ ਤੇ ਮਤਲਬ ਉਮੀਦ ਤਾਂ 85% ਤੋਂ ਜ਼ਿਆਦਾ ਮਤਲਬ ਲੈਣ ਦਾ ਟਾਰਗੇਟ ਸੀਗਾ ਪਰ 88% ਆ ਗਏ ਤੇ ਬਹੁਤ ਵਧੀਆ ਲੱਗ ਰਿਹਾ ਮਿਹਨਤ ਤਾਂ ਫਿਰ ਹਰ ਚੀਜ਼ 'ਚ ਲੱਗਦੀ ਹੈ ਜੋ ਵੀ ਲੱਗੀ ਸੀ ਤਾਂ ਹੀ ਇਹਨੇ ਮਾਰਕਸ ਸਕੋਰ ਹੋ ਪਾਏ ਮਤ ਡਿਪੈਂਡ ਕਰਦਾ ਸੀ ਸਬਜੈਕਟ ਤੇ ਕਿ ਕਿੰਨਾ ਮੁਸ਼ਕਿਲ ਸਬਜੈਕਟ ਹੈ ਤੇ ਉਸ ਹਿਸਾਬ ਨਾਲ ਮਤਲਬ ਥੋੜੀ ਦਿਨ ਬ੍ਰੇਕ ਲੈ ਲਈ ਫਿਰ ਪੜ੍ਹ ਲਿਆ ਫਿਰ ਬ੍ਰੇਕ ਲੈ ਲਈ ਫਿਰ ਪੜ੍ਹ ਲਿਆ ਮਤਲਬ ਇਦਾਂ ਕਰਕੇ ਟਫ ਪੋਲਿਟিক্যাল ਸਾਇੰਸ ਟਫ ਸੀ ਥੋੜੀ ਜੀ ਪਰ ਮਤਲਬ ਠੀਕ ਸੀ ਮਤਲਬ ਠੀਕ ਗਿਆ ਮਤਲਬ ਮਾਰਕਸ ਅੱਛੇ ਆ ਗਏ ਉਹਦੇ ਵਿੱਚ ਤੇ ਬਾਕੀ ਤਾਂ ਟਫ ਤਾਂ ਫਿਰ ਹੁੰਦਾ ਹੀ ਹੈ ਸਟੱਡੀ ਦਾ ਟਫ ਹੁੰਦੀ ਹੈ ਅਗੇ ਗ੍ਰੈਜੂਏਸ਼ਨ ਦੇ ਨਾਲ ਪੀਸੀਐਸ ਦੀ ਕੋਚਿੰਗ ਮੈਂ ਕਰਨੀ ਹੈ ਨਾਲ ਨਾਲ ਤੇ ਪੀਸੀਐਸ ਵਿੱਚ ਅਗੇ ਜਾਂਦਾ ਪਲਾਨ ਹੈ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ हां ਜਿੰਨਾ ਐਕਸਪੈਕਟ ਕੀਤਾ ਸੀ ਉਸ ਤੋਂ ਜ਼ਿਆਦਾ ਆਏ ਤੇ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਮੇਰਾ ਜੀ 100% ਸਪੋਰਟ ਹੈ ਇਹਦੇ ਨਾਲ ਇਹਨੂੰ ਹੁਣ ਕੋਈ ਗ੍ਰੈਜੂਏਸ਼ਨ ਦੇ ਨਾਲ ਆਈਏਐਸ ਜਾਂ ਪੀਸੀਐਸ ਦੀ ਕੋਚਿੰਗ ਨਾਲ ਹੁਣ ਸਟਾਰਟ ਹੋ ਜਾਣੀ ਹੈ ਇਹਦੀ ਜੂਨ ਚ ਨਾਲ-ਨਾਲ ਕਰੇਗੀ ਕੋਚਿੰਗ ਮੇਰੀ ਪੂਰੀ ਸਪੋਰਟ ਹੈ ਕਿਉਂਕਿ ਇਹਨੂੰ ਕਾਲਜ ਛੱਡਣ ਮੈਂ ਜਾਣਾ ਲੈਣ ਜਾਣਾ ਮੇਰੀ ਪੂਰੀ ਡਿਊਟੀ ਹੈ ਇਹਦੇ ਨਾਲ ਜਿੱਥੇ ਵੀ ਜਾਏਗੀ ਉੱਥੇ ਨਾਲ ਜਾਣਾ ਹੈ ਬਾਕੀ ਦੇਖੋ ਜਿੱਦਾਂ ਇਹਦਾ ਪਰਮਾਤਮਾ ਅੱਗੇ ਚਾਹੇਗਾ ਇਹ ਕਰੀ ਜਾਏਗੀ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ਪਹੁੰਚ ਕੇ ਡਬਵਾਲੀ ਮਾਰਗ ਦੇ ਪਿੱਛੇ ਟੁੱਟੇ ਰਜਵਾਹੇ ਦਾ ਜਾਇਜ਼ਾ ਲਿਆ। ਇਸ ਮੌਕੇ ਮਨਪ੍ਰੀਤ ਸਿੰਘ ਬਾਦਲ ਨੇ ਜਿਹੜੇ ਕਿਸਾਨਾਂ ਦੇ ਖੇਤਾਂ 'ਚ ਨਰਮੇ ਦੀ ਫਸਲ ਖਰਾਬ ਹੋਈ ਸੀ ਅਤੇ ਜਿਹੜੇ ਲੋਕਾਂ ਦੇ ਘਰ ਨੁਕਸਾਨੇ ਗਏ ਹਨ, ਉਹਨਾਂ ਨੂੰ ਮੁਆਵਜ਼ਾ ਦੇਣ ਦਾ ਐਲਾਨ ਕੀਤਾ। ਉਹਨਾਂ ਨੇ ਕਿਹਾ ਕਿ ਐਸ.ਡੀ.ਐਮ ਤੇ ਤਹਿਸੀਲਦਾਰ ਨੂੰ ਕਿਹਾ ਗਿਆ ਹੈ ਕਿ ਉਹ ਮਾਲੀ ਨੁਕਸਾਨ ਦੀ ਰਿਪੋਰਟ ਬਣਾ ਕੇ ਦੇਣ। ਸਰਕਾਰ ਪੀੜਤਾਂ ਨੂੰ ਮੁਆਵਜ਼ਾ ਦੇਵੇਗੀ ਖਜ਼ਾਨਾ ਮੰਤਰੀ ਨੇ ਦੱਸਿਆ ਕਿ 1982 ਚ ਬਨੇ ਰਜਵਾਹੇ ਦੀ ਹਾਲਤ ਕਾਫੀ ਖਰਾਬ ਹੈ ਉਹਨਾਂ ਕਿਹਾ ਰਜਵਾਹੇ ਨੂੰ ਅੰਡਰਗਰਾਉਂਡ ਕਰਕੇ ਇਸ ਦਾ ਸੁੰਦਰੀਕਰਨ ਕੀਤਾ ਜਾਵੇਗਾ ਜੋ ਬਠਿੰਡਾ ਸ਼ਹਿਰ ਦੇ ਵਿੱਚ ਜਿਹੜਾ ਕਨਾਲ ਦੇ ਵਿੱਚ ਸੂਏ ਦੇ ਵਿੱਚ ਜਿਹੜਾ ਬ੍ਰੀਚ ਹੋ ਗਿਆ ਸੀ ਉਹਦੇ ਨਾਲ ਇੱਥੋਂ ਦਾ ਕਾਫੀ ਇਲਾਕਾ ਜਿਹੜਾ ਹੈ ਉਹ ਮੁਤਾਸਰ ਹੋਇਆ ਹੈ ਔਰ ਵਜਾ ਇਹ ਹੈ ਕਿ ਇਹ ਮੈਨੂੰ ਲੱਗਦਾ 1982 ਤੋਂ ਬਣਿਆ ਹੋਇਆ ਹੈ ਔਰ ਬੜੀ ਵਾਰੀ ਗਵਰਨਮੈਂਟ ਨੂੰ ਇਹਦੀ ਰਿਪੇਅਰ ਵਾਸਤੇ ਮੁਰੰਮਤ ਵਾਸਤੇ ਪ੍ਰੋਜੈਕਟ ਵਰਗਾ ਬਣ ਕੇ ਗਿਆ ਹੈ ਔਰ ਕਾਫੀ ਖਸਤਾ ਤੇ ਕਮਜ਼ੋਰ ਹਾਲਤ ਦੇ ਵਿੱਚ ਹੈ ਸੋ ਮੈਂ ਮੌਕਾ ਵੀ ਦੇਖ ਲਿਆ ਹੈ ਇਹ ਇਰੀਗੇਸ਼ਨ ਡਿਪਾਰਟਮੈਂਟ ਦੇ ਇੱਥੇ ਅਫਸਰਾਂ ਵੀ ਹਾਜ਼ਰ ਸੀਗੇ ਕਿ ਇਹ ਜਿਹੜਾ ਸੁਆ ਹੈ ਇਹਦੇ ਨਾਲ ਨਾਲ ਜਿਹੜਾ ਸਲੇਜ ਜਿਹੜਾ ਕੈਰੀਅਰ ਵੀ ਜਾਂਦਾ ਹੈ ਕਿ ਦੋਨੇ ਅੰਡਰਗਰਾਊਂਡ ਹੋ ਜਾਣ ਔਰ ਇਥੋਂ 9 ਕਿਲੋਮੀਟਰ ਦਾ ਸਾਰਾ ਕੁੱਲ فاਸਲਾ ਹੈ ਔਰ ਇਹਦੇ ਉੱਤੇ ਸੜਕ ਬਣ ਜਾਏ ਤੇ ਬਠਿੰਡੇ ਦਾ ਇੱਕ ਬਿਹਤਰੀਨ ਬਾਈਪਾਸ ਬਣ ਜਾਏਗਾ ਸਿੰਘ ਸਾਹਿਬ ਕਹਿ ਰਹੇ ਸੀ ਕਿ ਮੈਂ ਰਿਪੋਰਟ ਵਗੈਰਾ ਬਣਾ ਕੇ ਉੱਥੇ ਚੰਡੀਗੜ੍ਹ ਭੇਜ ਦਾਂਗੇ ਤੇ ਉੱਥੋਂ ਫਿਰ ਜਿਹੜੀ ਇਹਦੇ ਕੋਈ ਐਡਮਿਨਿਸਟ੍ਰੇਟਿਵ ਸੈਂਕਸ਼ਨ ਹੈ ਕੋਈ ਫਾਈਨੈਂਸ਼ੀਅਲ ਸੈਂਕਸ਼ਨ ਹੈ ਉਹ ਸਾਰੀ ਅਸੀਂ ਕਰਵਾ ਦਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਦੋ ਤਿੰਨ ਮਹੀਨਿਆਂ ਚ ਕੰਮ ਮੁਕੰਮਲ ਹੋ ਜਾਏ ਔਰ ਮੈਂ ਉਹਨਾਂ ਨੂੰ ਇਹ ਵੀ ਅੱਜ ਹਿਦਾਇਤ ਕੀਤੀ ਹੈ ਕਿ ਜੇ ਇੱਥੇ ਕੋਈ ਮਕਾਨ ਹੈ ਜਿਹਨੂੰ ਕੋਈ ਸਟਰਕਚਰਲ ਡੈਮੇਜ ਹੋ ਗਿਆ ਹੈ ਕੋਈ ਕਿਸੇ ਦਾ ਕਿਸ ਕੋਈ ਕਿਸੇ ਕਿਸੇ ਦਾ ਵੀ ਨੁਕਸਾਨ ਹੈ ਤਾਂ ਸਾਡੇ ਕੋਲ ਇੱਕ ਕਲੈਮਿਟੀ ਰੀਲੀਫ ਫੰਡ ਹੁੰਦਾ ਹੈ ਇਸੇ ਇਸ ਕਿਸਮ ਦੇ ਜਿਹੜੇ ਸੂਰਤਿ ਹਾਲ ਪੈਦਾ ਹੁੰਦੇ ਆ ਤਾਂ ਅਸੀਂ ਉਹਨਾਂ ਨੂੰ ਮੁਆਵਜ਼ਾ ਵੀ ਦੇਣ ਦਾ ਵਾਅਦਾ ਕੀਤਾ ਹੈ ਸਭ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਕਿਸੇ ਵੀ ਕਾਰਪੋਰੇਸ਼ਨ ਦਾ ਆਡਿਟ ਨਹੀਂ ਹੋਇਆ ਪਰ ਹੁਣ ਸਾਰੀਆਂ ਕਾਰਪੋਰੇਸ਼ਨਾਂ ਦਾ ਆਡਿਟ ਕਰਵਾਇਆ ਜਾਵੇਗਾ ਸਿੱਧੂ ਨੇ ਪਟਿਆਲਾ ਦੇ ਸਰਕਟ ਹਾਊਸ 'ਚ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਇਹ ਗੱਲ ਕਹੀ ਉਹਨਾਂ ਕਿਹਾ ਕਿ ਪੰਜਾਬ ਵਿੱਚ ਵੱਡੀਆਂ-ਵੱਡੀਆਂ ਕੰਪਨੀਆਂ ਨੇ ਠੇਕਾ ਲਿਆ ਜਿਨ੍ਹਾਂ ਦਾ ਕੋਈ ਹਿਸਾਬ-ਕਿਤਾਬ ਨਾ ਰੱਖਣ ਕਾਰਨ ਇਹ ਲੱਖਾਂ ਰੁਪਏ ਲੈ ਕੇ ਰਫੂ ਚੱਕਰ ਹੋ ਗਈਆਂ ਕੈਬਨਟ ਮੰਤਰੀ ਨੇ ਕਿਹਾ ਕਿ ਪਟਿਆਲਾ ਵਿੱਚ ਹੁਣ ਪਹਿਲਾ ਵਾਂਗ ਹੈਰੀਟੇਜ ਫੈਸਟੀਵਲ ਹਰ ਸਾਲ ਕਰਵਾਇਆ ਜਾਵੇਗਾ ਅਤੇ ਸੱਭਿਆਚਾਰਕ ਸੰਸਥਾਵਾਂ ਜਿਵੇਂ ਕਿਲਾ ਮੁਬਾਰਕ ਸ਼ੀਸ਼ਮਹਿਲ ਆਦ ਨੂੰ ਚੰਗੀ ਦਿਖ ਦਿੱਤੀ ਜਾਵੇਗੀ ਉਨਾ ਕਹਾਂ ਕਿ ਪਟਿਆਲਾ ਚ ਜਲਦ ਹੀ ਸੋਲਿਡ ਵੇਸਟ ਮੈਨੇਜਮੈਂਟ ਪਲਾਂਟ ਲਗਾਇਆ ਜਾਵੇਗਾ ਆਡਿਟ ਸਾਰੇ ਸ਼ਹਿਰਾਂ ਦਾ ਹੋਊਗਾ ਵਿਥਿਨ 15 ਡੇਜ਼ ਆਰਐਫਪੀ ਆਲਰੇਡੀ ਤਿਆਰ ਹੋ ਚੁੱਕਿਆ ਹੈ ਅਸੀਂ ਆਰਐਫਪੀ ਕੱਲ ਜਾਂ ਪਰਸੋਂ ਫਲੋਟ ਕਰ ਦੇਣਾ 21 ਦਿਨਾਂ ਦਾ ਆਰਐਫਪੀ ਹੋਊਗਾ ਵਿਥਿਨ 15 20 ਡੇਜ਼ ਜਿਹੜਾ ਇਹਦਾ ਆਰਐਫਪੀ ਆਡਿਟ ਦਾ ਇਹ ਤੇ ਜਲਦੀ ਹੋ ਜਾਣਾ ਬਹੁਤ ਸੋ ਹੋ ਸਕਦਾ ਇੱਕ ਕੰਪਨੀ ਕਰੇ ਹੋ ਸਕਦਾ ਚਾਰ ਕੰਪਨੀਆਂ ਕਰਨ ਪਰ ਸਾਰੀਆਂ ਕਾਰਪੋਰੇਸ਼ਨਾਂ ਦਾ ਹੋਊਗਾ ਸੋ ਮਹਾਰਾਣੀ ਸਾਹਿਬਾ ਨਾਲ ਜਿਹੜੀਆਂ ਤਿੰਨ ਗੱਲਾਂ ਕਰਨੀਆਂ ਸੀ ਇੱਕ ਤੇ ਤੁਹਾਡੀ ਜਿਹੜੀ ਨਾਲੇ ਵਾਲੀ ਜਿਹੜੀ ਸੀਵੇਜ ਐ ਪੂਰੀ 90% ਚੋਕੜ ਐ ਉਹਨੂੰ ਖਲਵਾਉਣ ਦੇ ਲਈ ਪੂਨਾ ਤੋਂ ਇੱਕ ਮਸ਼ੀਨ ਚੱਲ ਗਈ ਐ ਦੋ ਮਸ਼ੀਨਾਂ ਇੱਥੇ ਆਉਣਗੀਆਂ ਤਿੰਨ ਮਸ਼ੀਨਾਂ ਮੈਂ ਖੁਦ ਖੜ ਕੇ ਮਹਾਰਾਣੀ ਸਾਹਿਬਾ ਨਾਲ ਤਿੰਨ ਤਰੀਕ ਨੂੰ ਚਾਲੂ ਕਰਾਵਾਂਗਾ ਉਹਦਾ ਡੇਟ ਫਿਕਸ ਕਰ ਚੁੱਕੇ ਆਂ ਅਸੀਂ ਇੱਕ ਨੰਬਰ 2 ਜਿਹੜੀ ਸੋਲਿਡ ਵੇਸਟ ਮੈਨੇਜਮੈਂਟ ਐ ਟੈਂਡਰ ਹੋਏ ਸੀਗੇ ਇਕੋ ਗ੍ਰੀਨ ਜੋ ਪਟਿਆਲੇ ਦੇ ਨਿਵਾਸੀ ਕਹਿਣਗੇ ਮਹਾਰਾਣੀ ਸਾਹਿਬਾ ਕਹਿਣਗੇ ਕੈਪਟਨ ਸਾਹਿਬ ਨਾਲ ਗੱਲ ਕਰਾਂਗੇ ਜਿੰਨੂੰ ਦੇਣਾ ਚਾਣਗੇ ਉਹਨੂੰ ਦੇਾਂਗੇ ਅਸੀਂ ਕੰਪੀਟੀਸ਼ਨ ਕ੍ਰੀਏਟ ਕਰਨਾ ਚਾਹੁੰਦੇ ਹਾਂ ਦਿੱਲੀ ਦੇ ਵਿੱਚ ਚਾਰ ਕੰਪਨੀਆਂ ਕੰਮ ਕਰ ਰਹੀਆਂ ਨੇ ਉਹਨਾਂ ਦੀ ਆਬਾਦੀ ਜਿਹੜੀ ਹੈਗੀ ਆ ਉਹ ਸਾਡੀ ਆਬਾਦੀ ਦੇ ਨਾਲ ਮਿਲਦੀ ਜੁਲਦੀ ਹੈ 2.5 ਕਰੋੜ ਉਹਨਾਂ ਦੀ ਆਬਾਦੀ ਹੈ ਸਾਡੀ ਵੀ ਉਨੀ ਹੈ ਚਾਰ ਕੰਪਨੀਆਂ ਨੇ ਦੋ ਪ੍ਰੋਜੈਕਟ ਐਸੇ ਲਾਇ ਹੋਏ ਨੇ ਜਿਹੜੇ ਪੰਜਾਬ 'ਚ ਅਜੇ ਤੱਕ ਨਹੀਂ ਲੱਗੇ ਪ੍ਰੋਸੈਸਿੰਗ ਇੱਕ ਗੱਲ ਮੈਂ ਅਨਾਉਂਸ ਕਰਕੇ ਜਾ ਰਿਹਾ ਤੁਹਾਨੂੰ ਮਹਾਰਾਣੀ ਸਾਹਿਬਾ ਵੱਲੋਂ ਕੈਪਟਨ ਸਾਹਿਬ ਵੱਲੋਂ ਕਿ ਪਟਿਆਲਾ ਬਹੁਤ ਛੇਤੀ ਸੋਲਿਡ ਵੇਸਟ ਮੈਨੇਜਮੈਂਟ ਪਟਿਆਲੇ ਦੇ ਵਿੱਚ ਲਾਗੂ ਹੋ ਜਾਏਗੀ। ਜਗਰਾਉਂ ਨੇੜੇ ਪਿੰਡ ਲੰਮਾ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਬੀ ਦਾ ਮਾਮਲਾ ਸੁਲਝਾ ਲਿਆ ਗਿਆ ਹੈ। ਪੁਲਿਸ ਨੇ ਇਸ ਮਾਮਲੇ 'ਚ ਇੱਕ ਵਿਅਕਤੀ ਪਲਟੂ RAM ਨੂੰ ਕਾਬੂ ਕੀਤਾ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਸ਼ੀ ਨੇ ਘਰ ਦੀ ਸਫਾਈ ਕਰਦੇ ਹੋਏ ਅਨਜਾਨਤਾ ਵਿੱਚ ਗੁਟਕਾ ਸਾਹਿਬ ਦੇ ਕੁਝ ਅੰਗ ਕੂੜੇ ਵਿੱਚ ਸਾੜ ਦਿੱਤੇ ਸਨ ਜਦਕਿ ਕੁਝ ਪਾੜ ਕੇ ਖਾਲੀ ਪਲਾਟ ਵਿੱਚ साड़ दिते है बीती तीह अप्रैल विखे गुटका साहब कुछ अंग अंगड़े हुए मिले सन इस गांव में एक विशर हुआ करते थे संत सिंह और जो संत सिंह है उसका एक ब्रदर बॉम्बे में रहता है हरबंसिंह संत सिंह काफी देर से यहाँ गांव में नहीं है और हरबंसिंग बॉम्बे में रहता है बिजनेस करता है लेकिन जो हरवंश सिंह का घर है वो तो दो पोर्शन में है लम्बे पिंड में ही एक पोर्शन उसने अपने रहने के लिए रखा है जब बॉम्बे से आता है फोर बेडरूम एंड दो कमरे उसने एक बिहार का रहने वाला पलटू राम नाम का आदमी है सन ऑफ महेश्वर राम और ये पलटू राम उस दिन अकेला ही था ਇਸ ਨੇ ਸਫਾਈ ਵਗੈਰਾ ਕੀ ਖੁਦ ਆਪਣੇ ਹੱਥੋਂ ਸੇ ਉਸ ਜੋ ਹੈ ਸੈਂਚਰੀ ਆਪਣੇ ਉਸਕੇ ਪੇਜ ਕਾਫੀ ਸੇ ਕੰਪਲੀਟ ਵੋ ਉਸ ਨੇ ਸਭੀ ਕੋ ਇਕੱਠਾ ਕਰਕੇ ਫਾੜ ਕਰਕੇ ਇੱਕ ਬੋਰੀ ਨੂੰ ਡਾਲ ਕੇ ਉਨਕੋ ਜਲਾ ਦਿਆ ਤੋ ਇਸ ਕੋ ਕਲ ਪਗੜ ਕੇ ਟਾਰਗੇਟ ਕੀਤਾ ਤੋ ਉਸਨੇ ਮਾਨਾ ਕਿ ਮੈਂ ਨਹੀਂ ਕੀਤਾ ਹੈ ਮੇਰੇ ਸੇ ਹੋ ਗਿਆ आगे फर्दर इन्वेस्टिगेशन में जो भी आएगा वो बाद में आपको ब्रीफ कर देंगे आम आदमी पार्टी ਦੇ ਰਾਸ਼ਟਰੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਲਕੇ 29 ਮਈ ਨੂੰ ਸਵੇਰੇ 10:30 ਵਜੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣਗੇ। ਆਪ ਆਗੂਆਂ ਪ੍ਰੋਫੈਸਰ ਬਲਜਿੰਦਰ ਕੌਰ ਤੇ ਸਰਦਾਰ ਕੁਲਜੀਤ ਸਿੰਘ ਸਿੰਘ 브ਦਰਸ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਪਹਿਲੀ ਵਾਰ ਪੰਜਾਬ ਆ ਰਹੇ ਸ਼੍ਰੀ ਕੇਜਰੀਵਾਲ ਬਾਦ ਵਿੱਚ ਅਟਾਰੀ ਰੋਡ ਤੇ ਸਥਿਤ ਇੰਡੀਆ ਗੇਟ ਨੇੜੇ ਇੱਕ ਰਿਜ਼ੋਰਟ ਵਿਖੇ ਰੱਖੇ ਸਮਾਗਮ ਦੌਰਾਨ ਪੰਜਾਬੀਆਂ ਦਾ ਧੰਨਵਾਦ ਕਰਨਗੇ ਉੱਥੇ ਪਾਰਟੀ ਵਲੰਟਰੀਆਂ ਨਾਲ ਗੱਲਬਾਤ ਵੀ ਕਰਨਗੇ। ਪੰਜਾਬ ਦੇ ਸਾਬਕਾ ਡੀਜੀਪੀ ਕਮਨਪਾਲ ਸਿੰਘ ਗਿੱਲ ਦਾ ਦਿੱਲੀ ਦੇ ਲੋਧੀ ਮਾਰਗ ਤੇ ਸਥਿਤ ਸ਼ਮਸ਼ਾਨ ਘਾਟ 'ਚ ਸਰਕਾਰੀ ਸਨਮਾਨ ਨਾਲ ਅੰਤਮ ਸੰਸਕਾਰ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਸ਼ੁਕਰਵਾਰ ਨੂੰ ਕੇਪੀਐਸ ਗਿੱਲ ਦਾ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ 'ਚ ਦੇਹਾਂਤ ਹੋ ਗਿਆ ਸੀ ਦੱਸਿਆ ਜਾ ਰਿਹਾ ਹੈ ਕਿ ਵਿਦੇਸ਼ ਤੋਂ ਕੇਪੀਐਸ ਗਿੱਲ ਦੇ ਕੁਝ ਪਰਿਵਾਰਕ ਮੈਂਬਰਾਂ ਨੇ ਪਹੁੰਚਣਾ ਸੀ ਜਿਸ ਕਰਕੇ ਬੀਤੇ ਦਿਨ ਅੰਤਮ ਸੰਸਕਾਰ ਨਾ ਹੋ ਸਕਿਆ ਕੇਪੀਐਸ ਗਿੱਲ ਦੀਆਂ ਅੰਤਮ ਰਸਮਾਂ ਦੌਰਾਨ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਵੀ ਇੱਥੇ ਪਹੁੰਚ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਇਸ ਤੋਂ ਇਲਾਵਾ ਮੁੱਖ ਮੰਤਰੀ ਦੇ ਸਲਾਹਕਾਰ ਭਰਤਿੰਦਰ ਸਿੰਘ ਚਾਹਲ ਨੇ ਅੰਤਿਮ ਸੰਸਕਾਰ ਮੌਕੇ ਨੁਮਾਇੰਦਗੀ ਕੀਤੀ ਜਦਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਹਨਾਂ ਦੇ ਓਐਸਟੀ ਕਰਨਪਾਲ ਸੇਖੋਂ ਨੇ ਫੁੱਲਾਂ ਦੀ ਮਾਲਾ ਪੇਂਟ ਕੀਤੀ ਅੰਤਮ ਸੰਸਕਾਰ ਮੌਕੇ ਕਈ ਉੱਗੀਆਂ ਸ਼ਖਸੀਅਤਾਂ ਪਹੁੰਚੀਆਂ ਸਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 32ਵੀਂ ਵਾਰ ਮਨ ਕੀ ਬਾਤ ਪ੍ਰੋਗਰਾਮ ਰਾਹੀਂ ਦੇਸ਼ ਨੂੰ ਸੰਬੋਧਨ ਕੀਤਾ ਆਪਣੇ ਇਸ ਰੇਡੀਓ ਸੰਬੋਧਨ ਦੀ ਸ਼ੁਰੂਆਤ 'ਚ ਪ੍ਰਧਾਨ ਮੰਤਰੀ ਮੋਦੀ ਨੇ ਸਾਰੇ ਦੇਸ਼ ਵਾਸੀਆਂ ਨੂੰ ਰਮਜ਼ਾਨ ਦੀ ਮੁਬਾਰਕਬਾਦ ਦਿੱਤੀ ਮਨ ਕੀ ਬਾਤ 'ਚ ਮੋਦੀ ਨੇ ਯੋਗ ਦੀਆਂ ਖੂਬੀਆਂ ਦਾ ਜ਼ਿਕਰ ਕਰਦੇ ਹੋਏ ਇਸ ਵਾਰ ਤਿੰਨ ਪੀੜ੍ਹੀਆਂ ਦੇ ਨਾਲ ਯੋਗ ਕਰਨ ਦੀ ਤਸਵੀਰ ਉਹਨਾਂ ਨੂੰ ਭੇਜਣ ਲਈ ਕਿਹਾ ਇਸ ਦੇ ਨਾਲ ਹੀ ਕੂੜਾ ਪ੍ਰਬੰਧ ਤੇ ਜ਼ੋਰ ਦਿੰਦੇ ਹੋਏ ਦੇਸ਼ ਵਾਸੀਆਂ ਨੂੰ ਗਿੱਲੇ ਤੇ ਸੁੱਕੇ ਕੂੜੇ ਨੂੰ ਵੱਖ-ਵੱਖ ਰੱਖਣ ਦੀ ਅਪੀਲ ਕੀਤੀ ਤਾਂ ਜੋ ਐਨਾ ਦੀ ਖਾਦ ਬਣਾਈ ਜਾ ਸਕੇ ਜਾਂ ਰੀਸਾਈਕਲ ਕਰਨ 'ਚ ਇਸਤੇਮਾਲ ਕੀਤਾ ਜਾ ਸਕੇ ਜੋ ਆਵੇ ਸੋ ਰਾਜ਼ੀ ਜਾਵੇ ਕਤਨਾ ਤੇ ਚਲਦੇ ਹੋਏ ਅਕਾਲ ਚੈਰੀਟੇਬਲ ਟਰਸਟ ਕਰਤਾਰਪੁਰ ਵੱਲੋਂ ਲੋਕ ਭਲਾਈ ਲਈ ਅਕਾਲ ਚੈਰੀਟੇਬਲ ਡਿਸਪੈਂਸਰੀ ਦਾ ਉਦਘਾਟਨ ਕੀਤਾ ਗਿਆ ਇਸ ਡਿਸਪੈਂਸਰੀ ਵਿੱਚ ਹਫ਼ਤੇ ਦੇ ਸਾਰੇ ਦਿਨ ਡਾਕਟਰ ਮਰੀਜ਼ਾਂ ਦਾ ਮੁਫਤ ਇਲਾਜ ਕਰਨਗੇ ਅਤੇ ਮਰੀਜ਼ਾਂ ਨੂੰ ਦਵਾਈਆਂ ਵੀ ਬਿਲਕੁਲ ਮੁਫਤ ਦਿੱਤੀਆਂ ਜਾਣਗੀਆਂ। ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਸੰਗਤਾਂ ਵੱਲੋਂ ਇਸ ਡਿਸਪੈਂਸਰੀ ਦਾ ਉਦਘਾਟਨ ਕੀਤਾ ਗਿਆ। ٹرسٹ ਦੇ ਸਕੱਤਰ ਭਾਈ ਸੁਜੀਤ ਸਿੰਘ ਨੇ ਦੱਸਿਆ ਕਿ ਇਸ ਉਦਮ ਸਦਕਾ ਲੋੜਵੰਦ ਲੋਕਾਂ ਨੂੰ ਸਿਹਤ ਸੰਬੰਧੀ ਸਹਾਇਤਾ ਦਿੱਤੀ ਜਾਵੇਗੀ ਅਤੇ ਉਨ੍ਹਾਂ ਦੀ ਜ਼ਿਆਦਾ ਤੋਂ ਜ਼ਿਆਦਾ ਮਦਦ ਕੀਤੀ ਜਾਵੇਗੀ। ਅੱਜ ਅਕਾਲ ਚੈਰੀਟੇਬਲ ٹرسٹ ਵੱਲੋਂ ਫਰੀ ਚੈਰੀਟੇਬਲ ਡਿਸਪੈਂਸਰੀ ਜੋ ਆਰੰਭ ਹੋਈ ਆ ਇਸ ਵਿੱਚ ਲੋੜਵੰਦ ਦੀ ਫਰੀ ਡਾਕਟਰੀ ਸਹਾਇਤਾ ਹੋਏਗੀ ਜਿਸ ਵਿੱਚ ਕੋਈ ਲੋੜਵੰਦਾ ਟੈਸਟ ਵਗੈਰਾ ਹੋਣਾ ਜਾਂ ਦਵਾਈਆਂ ਦੇਣੀਆਂ ਸਾਰਾ ਕੁਝ ਫਰੀ ਕੀਤਾ ਜਾਏਗਾ ਸਾਡੇ ਸਤਕਾਰਯੋਗ ਡਾਕਟਰ ਸਤਨਾਮ ਸਿੰਘ ਜੀ ਐਮਬੀਬੀਐਸ ਜੋ ਫਗਵਾੜਾ ਤੋਂ ਹਨ ਉਹ ਰੋਜ਼ਾਨਾ ਬੈਠਿਆ ਕਰਨਗੇ ਇੱਥੇ 10 ਵਜੇ ਤੋਂ 1 ਵਜੇ ਤੱਕ ਲੋੜਵੰਦ ਮਰੀਜ਼ਾਂ ਨੂੰ ਚੈੱਕਅਪ ਕਰਨਗੇ ਉਹਦੇ ਵਿੱਚ ਦਵਾਈਆਂ ਵਗੈਰਾ ਦਾ ਪ੍ਰਬੰਧ ਕੀਤਾ ਗਿਆ ਹੈ ਅਸੀਂ ਧੰਨਵਾਦੀਆਂ ਰੋਟਰੀ ਕਲੱਬ ਜਲੰਧਰ ਸਿਟੀ ਦੇ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਤੇ ਚੈਰੀਟੇਬਲ ਡਿਸਪੈਂਸਰੀ ਆਰੰਭ ਕੀਤੀ ਹੈ ਜਿੰਨੇ ਵੀ ਸਾਡੇ ਟਰਸਟੀ ਮੈਂਬਰ ਸਹਿबान ਹਨ ਉਹਨਾਂ ਦਾ ਧੰਨਵਾਦ ਹੈ ਤੇ ਇਸ ਦੇ ਨਾਲ ਹੀ ਅਜੀਤ ਖਬਰਾਂ ਦਾ ਅੱਜ ਦਾ ਬੁਲੇਟਿਨ ਇੱਥੇ ਹੀ ਖਤਮ ਹੁੰਦਾ ਹੈ ਕੱਲ ਤੁਹਾਡੀ ਖਿਦਮਤ ਦੇ ਵਿੱਚ ਤਾਜ਼ਾ ਤਰੀਨ ਖਬਰਾਂ ਦਾ ਇੱਕ ਹੋਰ ਬੁਲੇਟਿਨ ਲੈ ਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਵੇਖਦੇ ਰਹੋ ਅਜੀਤ ਵੈਬ ਟੀਵੀ